ਭਾਈ ਮਾਂਝੀ ਜੀ ਮੇਰੇ ਨਾਲ ਮੌਜੂਦ ਨੇ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿੱਚ ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਸੀਗਾ ਲਾਂਤ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ ਸਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਅਤੇ ਕੀ ਕੁਛ ਅੱਜ ਉਲੀਕਿਆ ਗਿਆ ਇਹ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਲਾਂਤ ਦਿਹਾੜਾ ਮਨਾਇਆ ਗਿਆ ਕਿਉਂਕਿ ਸ਼ਾਂਤਮਈ ਇੱਥੇ ਬਾਣੀ ਪੜ੍ਹਦੀਆਂ ਸੰਗਤਾਂ ਦੇ ਉੱਤੇ ਜਿਹੜਾ ਤਸ਼ੱਦਦ ਹੋਇਆ ਸੀ 2015 ਦੇ ਵਿੱਚ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਇੱਕ ਦ੍ਰਿਸ਼ ਪੇਸ਼ ਕੀਤਾ ਕਿ ਜਿਵੇਂ ਅੱਜ ਅੰਮ੍ਰਿਤ ਵੇਲੇ ਸੰਗਤਾਂ ਨੇ ਪਾਠ ਕੀਤਾ ਇੱਦਾਂ ਹੀ ਅਸੀਂ ਉਸ ਦਿਨ ਪਾਠ ਕਰ ਰਹੇ ਸੀ ਜਦੋਂ ਪਾਠ ਕਰਦਿਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਡਾਂਗਾਂ ਭਰਾਈਆਂ ਗਈਆਂ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਗਿਆ ਇਸ ਜਿਹੜਾ ਜਲਿਆਂ ਵਾਲਾ ਬਾਗ ਬਣਾਇਆ ਗਿਆ ਕੋਟਕਪੂਰੇ ਦੇ ਇਸ ਚੌਂਕ ਨੂੰ ਜਨਰਲ ਡਾਇਰ ਬਣ ਕੇ ਬਾਦਲਾਂ ਨੇ ਪੁਲਿਸ ਦੇ ਰਾਹੀਂ ਸਾਡੇ 'ਤੇ ਕਾਰਵਾਈ ਕਰਵਾਈ ਇਸ ਕਰਕੇ ਬਾਦਲ ਨੂੰ ਇੱਕ ਲਾਣਤ ਪੱਤਰ ਵੀ ਜਿਹੜਾ ਉਹ ਭੇਜਿਆ ਜਾਣਾ ਸਾਰੀ ਸੰਗਤ ਵੱਲੋਂ ਅਤੇ ਉਹਦਾ ਸਾਰੀ ਹਿਸਟਰੀ ਜਿਹੜੀ ਉਹਦੇ ਧਿਆਨ ਵਿੱਚ ਲਿਆ ਕੇ ਵੀ ਇੰਨੀਆਂ ਕੁ ਤੁਸੀਂ ਜਿਹੜੀਆਂ ਕਮੀਨਗੀਆਂ ਨੇ ਕੌਮ ਦੇ ਨਾਲ ਕੀਤੀਆਂ ਅੱਜ ਸੁਣਨ ਵਿੱਚ ਆਇਆ ਕਿ ਪੁਲਿਸ ਵੱਲੋਂ ਜੋ ਸੰਗਤ ਇੱਥੇ ਆ ਰਹੀ ਸੀ ਰੋਕਿਆ ਵੀ ਗਿਆ ਹੈ ਕੀ ਮੰਨਦੇ ਹੋ ਕਿ ਸਰਕਾਰ ਕੁਛ ਹੁਣ ਕਰਨ ਦੇ ਮੂਡ ਵਿੱਚ ਹੈ ਜਾਂ ਫਿਰ ਪਹਿਲੇ ਵਾਲਾ ਹੀ ਜੋ ਸਰਕਾਰ ਵੱਲੋਂ ਜੋ ਬਾਜਾ ਵਜਾਇਆ ਜਾ ਰਿਹਾ ਨਹੀਂ ਫਿਲਹਾਲ ਜਿਹੜਾ ਸਰਕਾਰ ਦਾ ਸਿਸਟਮ ਲੱਗ ਰਿਹਾ ਉਹ ਤਾਂ ਇਹੀ ਹੈ ਵੀ ਜਿਵੇਂ ਰਲ ਕੇ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਆਰ ਕਰਨ ਵਾਲੇ ਸਿੱਖਾਂ ਤੋਂ ਇਲਾਵਾ ਅੱਜ ਇੱਥੇ ਹਿੰਦੂ ਵੀਰ ਵੀ ਪਹੁੰਚੇ ਹੋਏ ਨੇ ਮੁਸਲਿਮ ਕਮਿਊਨਿਟੀ ਵੀ ਆਈ ਆ ਸਾਰੀ ਦੁਨੀਆ ਜਦੋਂ ਇਹ ਚਾਹੁੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ 'ਤੇ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ 'ਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਇਸ ਸਮੇਂ ਦੇ ਦੌਰਾਨ ਇਹ ਰੈਲੀ ਖੇਡ ਰਹੀਆਂ ਦੋਵੇਂ ਪਾਰਟੀਆਂ ਕੈਪਟਨ ਅਤੇ ਬਾਦਲ ਸੋ ਇਹ ਮਹਿਜ਼ ਡਰਾਮਾ ਰਚ ਰਹੇ ਨੇ ਸਾਰਾ ਰਲ ਮਿਲ ਕੇ ਕਿਉਂਕਿ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਦੇ ਉੱਤੇ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਇੱਕ ਪਾਸੇ ਬਰਗਾੜੀ ਮੋਰਚਾ ਚੱਲ ਰਿਹਾ ਹੈ ਦੂਜੇ ਪਾਸੇ ਅੱਜ ਤੁਸੀਂ ਪ੍ਰੋਗਰਾਮ ਰੱਖਿਆ ਹੈ ਬੱਤੀਆਂ ਵਾਲੇ ਚੌਂਕ ਵਿੱਚ ਉਹਨਾਂ ਲੋਕਾਂ ਨੂੰ ਵੀ ਕੀ ਸੱਦਾ ਦਿੱਤਾ ਗਿਆ ਸੀ ਇੱਥੇ ਆਉਣ ਵਾਸਤੇ ਦੇਖੋ ਜੀ ਸੰਗਤ ਨੂੰ ਓਪਨਲੀ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਅਤੇ ਇਹ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ ਹੈ ਕੋਈ ਐਸੀ ਗੱਲ ਨਹੀਂ ਅੰਮ੍ਰਿਤ ਵੇਲੇ ਤਾਂ ਹੀ ਰੱਖਿਆ ਇਹਦੀ ਸਮਾਪਤੀ ਹੋ ਜਾਣੀ ਹੈ 9 ਵਜੇ ਉੱਥੇ ਜਿਹੜਾ ਸਮਾਗਮ ਹੈ 10 ਵਜੇ ਚੱਲਣਾ ਤਾਂ ਮੇਰੇ ਨਾਲ ਮਾਝੀ ਜੀ ਮੌਜੂਦ ਸੀ ਜਿਹੜੇ ਸਾਫ਼ ਤੌਰ 'ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਸਰਕਾਰ ਦੀ ਕਾਰਵਾਈ ਹੈ ਕਿਤੇ ਨਾ ਕਿਤੇ ਹੁਣ ਵੀ ਜੋ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਜੋ ਸਿੱਖ ਸੰਗਤ ਹੈ ਉਸ ਨੂੰ ਅੱਜ ਵੀ ਜੋ ਇਨਸਾਫ ਚਾਹੀਦਾ ਹੈ ਉਸਦੀ ਅੱਜ ਵੀ ਉਡੀਕ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਸਰਕਾਰ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਬੇਸ਼ੱਕ ਗੱਲ ਕੀਤੀ ਜਾਵੇ SIT ਬਿਠਾਈ ਗਈ ਹੈ ਹਾਲ ਦੀ ਘੜੀ ਪ੍ਰਮੋਦ ਸਿੰਘ ਜੋ ਉਸਦੀ ਅਗਵਾਈ ਕਰ ਰਹੇ ਨੇ ਤਾਂ ਉਮੀਦ ਕੀਤੀ ਵੀ ਜਾ ਸਕਦੀ ਹੈ ਕਿਤੇ ਨਾ ਕਿਤੇ ਕਿ ਇਨਸਾਫ ਜ਼ਰੂਰ ਮਿਲਣ ਦੀ ਆਸ ਹੈ ਪਰ ਸਭ ਕੁਝ ਡਿਪੈਂਡ ਕਰਦਾ ਹੈ ਆਉਣ ਵਾਲੇ ਸਮੇਂ 'ਤੇ ਅਤੇ ਸਮੇਂ ਦੀਆਂ ਸਰਕਾਰਾਂ 'ਤੇ ਕੈਮਰਾ ਪਰਸਨ ਰਾਜੇਸ਼ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ TV